अस्सलाम वालेकुम गाइस, वेलकम टू माय न्यू व्लॉग। उम्मीद करता सब दोस्त भाई ठीक ठाक होंगे। तो दोस्तों सुबह शाम का टाइम है, तो आ गया असी डेरे ते। तो जोगी नूं अज असां पा दित्ती है जर्सी, काफ़ी ज़्यादा सर्दी होई जांदी सी ते जोगी नूं अज पा दित्ती है जर्सी। तो जोगी नूं सीधा खड़ा करांदे आ, वेखो खलोंदा कि नहीं। जोगी सही तरह खलोंदा नहीं, उंज असां इक करी इहनूं जर्सी पा के ते बाड़ घुमा फड़ा के लिआंदा चंगा भला दौड़दा। इंशाल्लाह सुबह इहदी दौड़ करावांगे, इहनूं साह इहदे पक्के करावांगे। तो फिर इहदी इक तपनी ला के वेखांगे। ते कालू दे कम्म वेखो, कालू ने रौला पाया अज कि तू उहदे कोल क्यों टुट गया, मैनूं बाड़ बन छड़िया। ठीक है, ते लो जी जोगी खलो गया जी। जोगी दे वेखो हुण कैसी जर्सी पूरी आ गई सू, ठीक है ना। ते हुण जोगी नूं सवेरे सवेरे दुआवां कढ़ांगे सुबह सुबह, इंशाल्लाह अल्लाह हैर कीता। ते कालू वेखो रौला पाई जांदा जे पिया, कालू ते चुप करन दा नां ही नहीं लैंदा पिया। ਠੀਕ ਹੈ, ਅਤੇ ਅੱਜ ਇਹਨਾਂ ਲਈ ਉਜੜੀ ਲੈ ਕੇ ਆਇਆ। ਅਤੇ ਸਭ ਤੋਂ ਪਹਿਲੇ ਅਸੀਂ ਇਹਨਾਂ ਨੇ ਅਤੇ ਇਹਨਾਂ ਦੇ ਬਰਤਨ ਦੇ ਵਿੱਚ ਜਿਹਦੇ 'ਚ ਹਾਂ ਉਜੜੀ ਉਬਾਲਣੀ, ਉਹਨੂੰ ਸਾਫ਼ ਕਰਦੇ ਹਾਂ ਅਤੇ ਧੋਂਦੇ ਹਾਂ ਵੇ। ਠੀਕ ਹੈ, ਅਤੇ ਦਾਬੜਾ ਅਸੀਂ ਧੋ ਦਿੱਤਾ। ਤਾਂ ਫਿਰ ਇਹਦੇ 'ਚ ਉਜੜੀ ਸੁੱਟ ਦਿੱਤੀ, ਉਜੜੀ ਸੁੱਟ ਕੇ, ਠੀਕ ਹੈ, ਇਹਦੇ 'ਚ ਉਜੜੀ ਸੁੱਟ ਕੇ ਅਸਾਂ ਇਹਨੂੰ ਉਜੜੀ ਨੂੰ ਵੀ ਅਸਾਂ ਧੋਣਾ ਹੈ, ਮਲ ਮਲ ਕੇ ਧੋਣਾ ਹੈ। ਇਹਦੇ 'ਚ ਪਾਣੀ ਪਾ ਕੇ ਇਹਨੂੰ ਧੋਣਾ ਹੈ, ਇਹਨੂੰ ਬਾਇਲ ਕਰਨਾ। ਅਤੇ ਵਿੱਚ ਅਸੀਂ ਗੋਂਗਲੂ ਲੈ ਲੈਣੇ, ਗੋਂਗਲੂ ਅਸੀਂ ਵਿੱਚ ਉਬਾਲਾਂਗੇ ਵਿੱਚ ਪਾ ਕੇ, ਠੀਕ ਹੈ। ਅਤੇ ਅਸੀਂ ਥੋੜ੍ਹੀ ਦੇਰ ਬਾਅਦ ਅੱਗ ਲਾਉਂਦੇ ਹਾਂ, ਠੀਕ ਹੈ। ਇੱਥੇ ਅੱਗ ਲਾ ਕੇ ਉੱਤੇ ਦਾਬੜਾ ਰੱਖ ਦਿੱਤਾ, ਅਤੇ ਅੱਜ ਅੱਗ ਸਾਰਾ ਲੇਟ ਹੀ ਚੱਲ ਰਹੀ ਹੈ। ਲੱਕੜਾਂ ਸਾਰੀਆਂ ਸਿਲੀਆਂ ਸਿਲੀਆਂ ਲੱਕੜਾਂ ਹਨ, ਲੱਕੜ ਕੋਈ ਸੁੱਕੀ ਲੱਕੜ ਨਹੀਂ ਸੀ ਮਿਲਦੀ ਪਈ, ਮੁਸ਼ਕਲ ਨਾਲ ਬਲਦੀ ਹੈ ਵੀ ਅੱਗ ਵੀ। ਅਤੇ ਕਾਫ਼ੀ ਦੇਰ ਦੇ ਰੱਖੀ ਹੈ ਉੱਤੇ, ਠੀਕ ਹੈ। ਅਤੇ ਅੱਲਾ ਹੈਰ ਕੀਤਾ ਉਹਦੇ ਬਣ ਗਈ ਟੈਮੋ ਸੇਰ। ਅਤੇ ਫਿਰ ਜੋਗੀ ਹੋਰਾਂ ਨੂੰ ਪਿਆਈਏ, ਟਾਈਮ ਵੀ ਕਾਫ਼ੀ ਜ਼ਿਆਦਾ ਹੋ ਗਿਆ, ਸ਼ਾਮ ਹੋ ਗਈ, ਨੇੜਾ ਹੋ ਗਿਆ। ਅਤੇ ਚਲੋ ਗਾਇਜ਼, ਹੁਣ ਅਸਾਂ ਇਹਨੂੰ ਵੇਖੋ ਲਾਲ ਬਣ ਗਈ, ਹੁਣ ਇਹਨੂੰ ਉੱਤੋਂ ਥੱਲੇ ਲਾਈਏ, ਠੀਕ ਹੈ, ਠੰਡੀ ਕਰੀਏ। ਅਤੇ ਇੱਥੇ ਲਿਆ ਕੇ ਅਸਾਂ ਇਹਨੂੰ ਠੰਡੀ ਕਰਨ ਲੱਗ ਪਏ ਹਾਂ, ਇਹਦੇ ਵਿੱਚ ਸੋਟੀ ਥੋੜ੍ਹੀ ਜਿਹੀ ਮਾਰ ਕੇ ਹਿਲਾ ਹਲੂ ਕੇ ਠੰਡੀ ਕਰੀਏ, ਠੀਕ ਹੈ। ਅਤੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ, ਠੀਕ ਹੈ। ਅਤੇ ਇਹਨੂੰ ਹੁਣ ਅਸੀਂ ਹਿਲਾਉਂਦੇ ਹਾਂ ਵੀ ਠੀਕ ਹੈ। ਅਤੇ ਹੁਣ ਅਸੀਂ ਇਹਨੂੰ ਠੰਡਾ ਹੋ ਗਿਆ, ਅਤੇ ਜੋਗੀ ਨੂੰ ਅਤੇ ਕਾਲੂ ਨੂੰ ਵੀ ਪਿਆਉਂਦੇ ਹਾਂ। ਕਾਲੂ ਦਾ ਬਰਤਨ ਲੈ ਕੇ, ਕਾਲੂ ਦਾ ਬਰਤਨ ਇੱਥੇ ਪਿਆ, ਕਾਲੂ ਦਾ ਬਰਤਨ ਗੰਦਾ ਹੈ, ਅਤੇ ਹੁਣ ਇਹਨੂੰ ਸਾਫ਼ ਕਰਨ ਲਈ ਖਾਂਦੇ, ਇਹਨੂੰ ਵੀ ਧੋਂਦੇ ਹਾਂ ਕਾਲੂ ਦਾ ਬਰਤਨ ਵੀ, ਠੀਕ ਹੈ। ਅਤੇ ਕਾਲੂ ਦੇ ਬਰਤਨ 'ਚ ਵੀ ਪਾਣੀ ਮਾਰ ਕੇ ਧੋ ਕੇ, ਅਤੇ ਕਾਲੂ ਦਾ ਬਰਤਨ ਲੈ ਆਏ ਹਾਂ ਧੋ ਕੇ। ਅਤੇ ਹੁਣ ਇਹਦੇ 'ਚ ਪਾਈਏ ਥੋੜ੍ਹੇ ਜਿਹੇ ਗੋਂਗਲੂ, ਅਤੇ ਨਾਲ ਥੋੜ੍ਹੀ ਜਿਹੀ ਉਜੜੀ, ਕਾਲੋ ਹੀ ਛੋਟਾ ਹੀ ਹੈ, ਅਤੇ ਉਹਨੂੰ ਥੋੜ੍ਹਾ ਜਿਹਾ ਬਟਰ ਅਤੇ ਨਾਲ ਥੋੜ੍ਹਾ ਜਿਹਾ ਯਹਣੀ ਜਿਹਦੀ ਪਾਣੀ ਜਿਹੜਾ, ਠੀਕ ਹੈ। ਅਤੇ ਕਾਲੋ ਨੂੰ ਦੇਈਏ ਪਿਆਂਗੇ, ਅਤੇ ਥੋੜ੍ਹੇ ਜਿਹੇ ਉਜੜੀ ਸੁੱਟ ਦੇਈਏ ਵਿੱਚ, ਤਿੰਨ ਚਾਰ ਪੀਸ, ਦੋ ਤਿੰਨ ਪੀਸ, ਬੜੀ ਜੇ ਮੋਟੀ ਹੁੰਦੀ ਜ਼ਰਾ, ਠੀਕ ਹੈ। ਅਤੇ ਬਾਕੀ ਜੋਕੀ ਨੂੰ ਅਸੀਂ ਪਿਆ ਦਾਂਗੇ, ਇਹ ਗੋਂਗਲੂ ਵੀ ਇੱਧਰ ਰੱਖ ਦਿੱਤਾ, ਠੀਕ ਹੋ ਗਿਆ। ਅਤੇ ਹੁਣ ਇਹਨੂੰ ਕਾਲੂ ਨੂੰ ਪਿਆ ਖੜੀਏ, ਅਤੇ ਜੋਕੀ ਨੂੰ ਪਿਆ ਖੜੀ, ਠੀਕ ਹੋ ਗਿਆ। ਇਹ ਜੋਕੀ ਨੂੰ ਪਿਆਉਣ ਲੱਗ ਪਿਆ ਸੀ, ਠੀਕ ਹੈ। ਇਹਦੇ ਅੰਦਰ ਅਸਾਂ ਅੱਗੇ ਰੱਖ ਛੜਿਆ, ਜੋਕੀ ਪੀਣ ਲੱਗ ਪਿਆ ਜੇ। ਅਤੇ ਹੁਣ ਅਸੀਂ ਕਾਲੂ ਦੇ ਅੱਗੇ ਲੈ ਕੇ ਚੱਲੇ ਜੇ, ਕਾਲੂ ਵੀ ਦੇਖੋ ਕਿੰਝ ਉੱਡ ਕੇ ਪੈ, ਕਿੰਝ ਪਈ ਜਾਂਦਾ, ਖਾਈ ਜਾਂਦਾ, ਕਾਲੂ ਤਾਂ ਬੜਾ ਤੇਜ਼ ਹੈ, ਠੀਕ ਹੈ। ਅਤੇ ਤੁਸੀਂ ਵੀਡੀਓ ਲਾਈਕ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ, ਓਕੇ ਹੋ ਗਿਆ। ਅਤੇ ਦੋਵੇਂ ਖਾਣ ਲੱਗ ਪੈਣੇ, ਅਤੇ ਅੱਜ ਦਾ ਸਾਡਾ ਇਹ ਵਲੋਗ ਸੀ। ਅਤੇ ਵੀਡੀਓ ਲਾਈਕ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ ਫਾਰ ਵਾਚਿੰਗ ਵੀਡੀਓ, ਮਿਲਦੇ ਹਾਂ ਨੈਕਸਟ ਵਲੋਗ 'ਚ। ਅੱਲਾ ਹਾਫਿਜ਼।